ਹੁਣ ਬੇਨਤੀ ਕਰਦੇ ਹਾਂ ਮਹਾਂਪੁਰਸ਼ਾਂ ਨੂੰ, ਗੁਰੂ ਪਿਆਰਿਓ, ਰੱਬ ਰੂਪ ਉਹ ਬਚਨ, ਹਾਂ, ਸਰੂਪਾ ਦੇਣਗੇ ਭਾਈ ਅਜੀਤ ਸਿੰਘ ਜੀ ਮਹਾਂਪੁਰਸ਼ਾਂ ਨੂੰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਕਹਿਬੇ ਕੋ ਸੋਭਾ ਨਹੀਂ, ਦੱਸੀ ਨਹੀਂ ਜਾਂਦੀ ਗੱਲ, ਕਹਿ ਨਹੀਂ ਸਕਦੇ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਤੁਸੀਂ ਆਪ 8 ਦਿਨ ਤੋਂ ਆਨੰਦ ਮਾਣ ਰਹੇ ਹੋ, 1 ਦਿਨ ਦੇ ਦੀਵਾਨ ਹੋਰ ਨੇ, ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਿਓ। ਅਤੇ ਹੁਣ ਮਹਾਂਪੁਰਸ਼ਾਂ ਦੇ ਅਮੋਲਕ ਵਚਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਾ ਲੱਗਦੇ ਰਹਿਣ ਜੋੜ ਮੇਲੇ, ਯਾਦ ਵਿੱਚ ਤੇਰੀ ਪ੍ਰੀਤਮਾ, ਲੱਗਦੇ ਰਹਿਣ ਜੋੜ ਮੇਲੇ, ਯਾਦ ਵਿੱਚ ਤੇਰੀ ਪ੍ਰੀਤਮਾ। ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗੁਰਮੁਖ ਪਿਆਰੇ ਸੰਤ ਬਲਕਾਰ ਸਿੰਘ ਹੋਣੀ, ਜਿਹੜੇ 5 ਗ੍ਰਾਈਆਂ ਵਾਲੇ ਸਤਿਪੁਰਸ਼ਾਂ ਦੇ ਸਥਾਨ 'ਤੇ ਹੁਣ ਆਪਣੀ ਸੇਵਾ ਨਿਭਾ ਰਹੇ ਹਨ, ਉਹਨਾਂ ਪਾਸੋਂ
ਕੁਛ ਬਚਨ ਆਪ ਜੀ ਸਰਵਣ ਕਰ ਰਹੇ ਸੋ। ਉਸ ਤੋਂ ਪਹਿਲਾਂ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ ਮਹਾਂਪੁਰਸ਼, ਜੋ ਚੰਗੇ ਤਪੱਸਵੀ ਨਾਮ ਜਪਣ ਵਾਲੇ ਸੇਵਾ ਕਰਕੇ ਜਨਮ ਸਫਲ ਕਰਨ ਵਾਲੇ ਸਾਧੂ ਹਨ, ਇਸੇ ਸੰਪਰਦਾ ਦੇ ਹੀ ਹਨ। ਉਹ ਉਹਨਾਂ ਨੇ ਸਾਰਾ ਕੁਛ ਆਪ ਹੀ ਦੱਸ ਦਿੱਤਾ। ਹਰਖੋਵਾਲ ਵਾਲੀ ਸੰਪਰਦਾ ਅਤੇ ਰਾੜਾ ਸਾਹਿਬ ਵਾਲੀ ਸੰਪਰਦਾ ਪਿੱਛੋਂ ਇੱਕੋ ਹੀ ਆ ਰਹੀ ਹੈ। ਇਸੇ ਸੰਪਰਦਾ ਦੇ ਸੁਹਾਵਣੇ ਫੁੱਲ ਹਨ, ਜਿਨ੍ਹਾਂ ਨੇ ਬੜੇ ਸੁੰਦਰ ਢੰਗ ਨਾਲ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਹਨ। ਹੁਣ ਥੋੜ੍ਹੇ ਜਿਹੇ ਮਿੰਟ ਆਪਾਂ ਪ੍ਰਯਤਨ ਕਰਦੇ ਹਾਂ ਕਿ ਸਾਡਾ ਸਮਾਂ ਸਫਲਾ ਹੋ ਜਾਏ। ਇੱਕ ਦਿਨ ਸੰਤ ਮਹਾਰਾਜ ਰਾੜੇ ਸਾਹਿਬ ਵਾਲੇ ਭੋਰੇ ਸਾਹਿਬ ਦੇ ਵਿੱਚ, ਇਹ ਤਾਂ ਆਪ ਜੀ ਨੂੰ ਪਤਾ ਹੀ ਹੈ, ਦਾਸ ਨੇ ਅੱਗੇ ਬੇਨਤੀ ਕਰੀ ਦਿੱਤੀ ਸੀ ਕਿ 10-12 ਸਾਲ ਮਹਾਰਾਜ ਜੀ ਦੇ ਇਕੱਲਿਆਂ ਕੋਲ ਥੱਲੇ ਭੋਰੇ ਸਾਹਿਬ 'ਚ 8 ਤੋਂ 10 ਵਜੇ ਤੱਕ ਉਹਨਾਂ ਨੇ ਸਮਾਂ ਬਖਸ਼ਿਸ਼ ਕੀਤਾ ਸੀ। ਇੱਕ ਦਿਨ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਜੇ ਭਜਨ ਵੀ ਘੱਟ ਹੋਵੇ, ਸੇਵਾ ਵੀ ਘੱਟ ਹੋਵੇ, ਦਾਨ ਪੁੰਨ ਵੀ ਥੋੜ੍ਹਾ ਹੋਵੇ, ਫਿਰ ਚਾਹੁੰਦਾ ਹੈ ਪ੍ਰਾਣੀ ਮੈਂ ਮੁਕਤ ਹੋ ਜਾਵਾਂ, ਫਿਰ ਵੀ ਕਹਿੰਦੇ ਕੋਈ ਰਸਤਾ ਹੈ ਮੁਕਤ ਹੋਣ ਦਾ। ਠੀਕ ਹੈ, ਪ੍ਰਸ਼ਾਰਥ ਤਾਂ ਬੇਅੰਤ ਸਾਧੂ ਕਰਦੇ ਹਨ, ਬਹੁਤ ਸਾਰੇ ਸਾਧੂਆਂ ਦਾ ਆਪ ਜੀ ਨੇ ਜੀਵਨ ਪ੍ਰਕਰਨ ਸੁਣਿਆ ਹੈ ਸੰਤ ਬਾਬਾ ਹਰਖੋਵਾਲ ਵਾਲੇ ਮਹਾਂਪੁਰਸ਼ਾਂ ਪਾਸੋਂ। ਕਿਤਨੀਆਂ ਵੱਡੀਆਂ ਵੱਡੀਆਂ ਘਾਲਣਾ, 125 ਪਾਠ ਜਪਜੀ ਸਾਹਿਬ ਦਾ, 25 ਪਾਠ ਸੁਖਮਨੀ ਸਾਹਿਬ ਦੇ। ਸੰਤ ਮਹਾਰਾਜ ਜੀ ਨੇ ਵੀ ਦੱਸਿਆ ਸੀ, ਕਹਿੰਦੇ ਬਾਕੀ ਨਿਤਨੇਮ ਤੋਂ ਇਲਾਵਾ 125 ਪਾਠ ਜਪਜੀ ਸਾਹਿਬ ਦੇ, 25 ਪਾਠ ਸੁਖਮਨੀ ਸਾਹਿਬ ਦੇ ਨਿਯਮ ਸੀ ਸਾਡਾ, ਅਸਾਂ ਕਰਦੇ ਰਹੇ ਹਾਂ। ਅਸਾਂ 5 ਕੁ ਪਾਠ ਜਪਜੀ ਸਾਹਿਬ ਦੇ ਕਰਨੇ ਹੋਣ ਤਾਂ ਕਿੰਨਾ ਔਖਾ ਹੈ, ਪਰ ਉਹ ਸੁਰਤ ਚੱਲ ਪੈਂਦੀ ਹੈ। ਸੰਤ ਮਹਾਰਾਜ ਜੀ ਮੈਂ ਦਰਸ਼ਨ ਕਰਦਾ ਰਿਹਾ, ਨੇੜੇ ਹੋ ਕੇ ਸਮਾਂ ਮਿਲਦਾ ਰਿਹਾ, ਉਹਨਾਂ ਦੀ ਰਹਿਮਤ ਦੁਆਰਾ ਪ੍ਰਸ਼ਾਦਾ ਛਕਦੇ ਛਕਦੇ 3-4 ਸੁਖਮਨੀ ਸਾਹਿਬ ਦੇ ਪਾਠ ਕਰ ਲੈਂਦੇ ਸੀ। 8 ਪਹਿਰ ਸੁਰਤ ਚੱਲੀ ਜਾਂਦੀ ਸੀ। ਜਦੋਂ ਸੁਰਤ ਚੱਲ ਪੈਂਦੀ ਹੈ ਫਿਰ ਇਤਨੀ ਜ਼ਿਆਦਾ ਸਪੀਡ ਵੱਧ ਜਾਂਦੀ ਹੈ ਨਾਮ ਦੀ, ਜਿਹੜਾ ਦਿਨਾਂ ਦਾ ਕੰਮ ਹੈ ਘੰਟਿਆਂ 'ਚ ਹੋ ਜਾਂਦਾ ਹੈ, ਘੰਟਿਆਂ ਦਾ ਕੰਮ ਹੈ ਮਿੰਟਾਂ ਵਿੱਚ ਹੋ ਜਾਂਦਾ ਹੈ। ਦੱਸਦੇ ਹੀ ਸਤਪੁਰਸ਼ ਕਹਿੰਦੇ 6 ਸਾਹਾਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਲੈਂਦੇ ਹਾਂ ਅਸੀਂ। ਕੋਈ ਵੀ ਸਾਧੂ ਅਭਿਆਸੀ ਹੈ ਫਿਰ ਹੌਲੀ ਹੌਲੀ ਸੁਰਤ ਚੱਲਣ ਲੱਗ ਜਾਂਦੀ ਹੈ, ਫਿਰ ਜਵਾਨ ਦੀ ਲੋੜ ਨਹੀਂ ਪੈਂਦੀ, ਸੁਰਤ ਨਾਲ ਹੋਣ ਲੱਗ ਜਾਂਦਾ। ਜਵਾਨ ਦੀ ਇੰਨੀ ਸਪੀਡ ਨਹੀਂ ਹੈ, ਜਵਾਨ ਤਾਂ ਆਪਾਂ ਜਿੰਨੀ ਮਰਜ਼ੀ ਤੇਜ਼ ਤੋਂ ਤੇਜ਼ ਪ੍ਰਯਤਨ ਕਰੀਏ
ਇੱਥੇ ਬਹੁਤਾ ਕਰ ਲਾਂਗੇ ਜਪਜੀ ਸਾਹਿਬ, ਸੱਤਾਂ ਮਿੰਟਾਂ 'ਚ ਕਰ ਲਾਂਗੇ, ਹੋਰ ਕੀ ਕਰਾਂਗੇ, ਇਸ ਤੋਂ ਥੋੜ੍ਹੇ 'ਚ ਤਾਂ ਔਖਾ ਹੈ ਕੰਮ। ਜਵਾਨ ਦਾ ਹਿਸਾਬ ਕਿਤਾਬ ਤਾਂ ਆਪਣਾ ਹੈ, ਲਿਮਿਟਡ ਦੇ ਲਿਮਿਟਡ ਹੈ, ਪਰ ਸੁਰਤ ਦਾ ਜਿਹੜਾ ਹੈ ਉਹ ਅਨਲਿਮਿਟਡ ਹਿਸਾਬ ਹੈ। ਇਤਨਾ ਸਤਪੁਰਸ਼ 125 ਪਾਠ ਜਪਜੀ ਸਾਹਿਬ ਦੇ ਅਤੇ 25 ਪਾਠ ਸੁਖਮਨੀ ਸਾਹਿਬ ਦੇ ਵੀ ਰੋਜ਼ ਕਰਦੇ ਸੀ ਜਦੋਂ ਟੱਕੀ 'ਚ ਤਪੱਸਿਆ ਕਰਦੇ ਸੀ। ਉਹ ਸਤਪੁਰਸ਼ਾਂ ਨੇ ਆਪ ਦੱਸਿਆ ਸੀ, ਪਰ ਬਚਨ ਚਲਾਇਆ ਵੀ ਜੇ ਭਲਾ ਇੰਨਾ ਸਿਮਰਨ ਨਾ ਹੋ ਸਕੇ, ਸੇਵਾ ਵੀ ਨਾ ਹੋ ਸਕੇ ਬਹੁਤੀ ਜਿੰਨੀ ਚਾਹੀਦੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ ਤਾਂ ਇੱਦਾਂ ਹੀ, ਸੇਵਾ ਦਾ ਫਲ ਤਾਂ ਬਹੁਤ ਬੜਾ ਹੈ, ਪਰ ਜੇ ਪੜ੍ਹਨਾ ਸਿਰਫ ਦੋ ਵਾਰੀ ਪੜ੍ਹੇ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹਿੰਦੇ ਜੇ ਸੇਵਾ ਵੀ ਨਾ ਹੋ ਸਕੇ, ਮਨ ਆਲਸੀ ਹੋਵੇ, ਸੇਵਾ ਪ੍ਰਸ਼ਾਰਥ ਨਾਲ ਹੁੰਦੀ ਹੈ, ਆ ਲੰਗਰ ਵਿੱਚ ਆਪ ਜੀ ਸਾਰੇ ਰਲ ਮਿਲ ਕੇ ਸੇਵਾ ਕਰਦੇ ਹੋ, ਕਿੰਨਾ ਪ੍ਰਸ਼ਾਰਥ ਕਰਨਾ ਪੈਂਦਾ ਹੈ, ਕਿੱਡੇ ਵੱਡੇ ਵੱਡੇ ਦੇਗੇ ਮਾਂਜਣੇ ਪੈਂਦੇ ਹਨ, ਸਾਫ਼ ਕਰਨੇ ਪੈਂਦੇ ਹਨ, ਬੀਬੀਆਂ ਕਿੰਨੀ ਮਿਹਨਤ ਨਾਲ ਪ੍ਰਸ਼ਾਦੇ ਪਕਾਉਂਦੀਆਂ ਹਨ, ਭਾਂਡੇ ਮਾਂਜਦੀਆਂ ਹਨ, ਕਿੰਨਾ ਕੁਛ ਕਰਨਾ ਪੈਂਦਾ ਹੈ, ਦਾਲੇ ਆਦਿਕ ਸਬਜ਼ੀਆਂ ਆਦਿਕ ਸਜਾਉਂਦੀਆਂ ਹਨ। ਕਹਿੰਦੇ ਜੇ ਇਹ ਵੀ ਨਾ ਹੋ ਸਕੇ ਅਤੇ ਨਾਮ ਵੀ ਨਾ ਜਪ ਸਕੇ, ਫਿਰ ਕੋਈ ਤਰੀਕਾ ਹੈ ਜਿਹੜਾ ਮੁਕਤ ਵੀ ਹੋ ਜਾਏ? ਮਹਾਰਾਜ ਦੇ ਚਰਨਾਂ 'ਚ ਦਾਸ ਬੈਠਾ ਹੋਇਆ ਸੀ, ਮੈਂ ਮਹਾਰਾਜ ਉਹ ਤਰੀਕਾ ਤਾਂ ਆਪ ਜੀ ਦੱਸ ਸਕੋਗੇ, ਕਦੇ ਸੋਚਿਆ ਵੀ ਨਹੀਂ ਜਾ ਸਕਦਾ, ਸੁਣਨਾ ਤਾਂ ਕਿਤੇ ਰਿਹਾ, ਪਹਿਲੀ ਵਾਰ ਆਪ ਜੀ ਦੱਸੋਗੇ। ਕਹਿਣ ਲੱਗੇ ਜੇ ਇੱਕ ਕੰਮ ਕਰ ਲਏ ਇਹ ਇਨਸਾਨ ਤਾਂ ਇਹ ਮੁਕਤ ਹੋ ਜਾਂਦਾ ਹੈ, ਭਾਵੇਂ ਭਜਨ ਵੀ ਥੋੜ੍ਹਾ ਹੋ ਸਕੇ, ਸੇਵਾ ਵੀ ਨਾ ਹੋ ਸਕੇ, ਦਾਨ ਪੁੰਨ ਵੀ ਬਹੁਤਾ ਨਾ ਹੋ ਸਕੇ, ਸਿਰਫ ਇੱਕ ਕੰਮ ਕਰ ਲਏ, ਨਿਸ਼ਚਾ ਧਾਰਨ ਕਰ ਲਵੇ ਕਿ ਤੂੰ ਹੀ ਹੈ,
ਮੈਂ ਨਾਮ ਦੀ ਕੋਈ ਵਸਤੂ ਨਾ ਇੱਥੇ ਹੋਈ ਹੈ, ਨਾ ਹੋਵੇਗੀ, ਨਾ ਪਹਿਲਾਂ ਹੋਈ ਹੈ, ਨਾ ਹੁਣ ਹੈ, ਅਤੇ ਨਾ ਅੱਗੇ ਨੂੰ ਹੋਵੇਗੀ। ਅਤੇ ਤੂੰ ਹੈ, ਪੰਜ ਤੱਤ ਰੂਪ ਵਿੱਚ ਵੀ ਤੂੰ ਆਪ ਹੀ ਹੈ। ਪੰਜ ਭੂਤ ਆਪ ਵਰਤਾਰਾ, ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ। ਪੰਜਾਂ ਤੱਤਾਂ ਵਿੱਚ ਵੀ ਤੂੰ ਆਪ ਹੀ ਹੈ, ਤੱਤ ਵੀ ਤੇਰੇ ਹਨ, ਅਤੇ ਪੰਜਾਂ ਤੱਤਾਂ ਤੋਂ ਜਿੰਨੀ ਰਚਨਾ ਬਣੀ ਹੈ ਉਹਦੇ ਵਿੱਚ ਵੀ ਤਾਂ ਸਾਰੀ ਵਿੱਚ ਤੂੰ ਹੀ ਹੈ। ਏਕ ਰੂਪ ਸਗਲੋ ਪਾਸਾਰਾ, ਇੱਕ ਤੋਂ ਸਾਰਾ ਪਸਾਰਾ ਤੇਰੇ ਕੋਲੋਂ ਹੀ ਹੋਇਆ ਹੈ, ਤੂੰ ਹੀ ਹੈ। ਬਸ ਕਹਿੰਦੇ ਆਹ ਸ਼ਬਦ ਯਾਦ ਕਰ ਲਏ, ਪੱਕਾ ਕਰ ਲਏ, ਮੈਂ ਪੁਣਾ ਮਿਟਾ ਲਏ, ਉਹ ਮੁਕਤ ਹੋਣ ਵਿੱਚ ਉਹਦੇ ਵਿੱਚ ਕੋਈ ਸੰਸਾ ਨਹੀਂ। ਚਲੋ ਪੜ੍ਹ ਲਓ ਸਿਰਫ ਦੋ ਕੁ ਵਾਰ। ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਤੂੰ ਹੀ ਮੋਹਣਾ, ਜਿਹੜੇ ਹੁੰਦੇ ਹਨ। ਸਰਵ ਭੂਤੇਸ਼ੂ ਚੈ ਆਤਮਾਨਮ, ਸਰਵ ਭੂਤਾਨੀ ਚੈ ਆਤਮਨੀ, ਵਿਗਿਆ ਨਿਰਹੰਕਾਰੋ ਨਿਰਮਮਸਤਵੰ ਸੁਖੀ ਭਵ। ਇਹ ਸਾਧੂ ਦੀ ਅਵਸਥਾ ਹੈ। ਦਰਅਸਲ ਇਸੇ ਗੱਲ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਸਤਿਪੁਰਸ਼ਾਂ ਨੇ ਸਾਨੂੰ ਦੱਸੀ ਹੈ ਕਿ ਜੇ ਮੁਕਤ ਵੀ ਹੋਣਾ ਇਸੇ ਜਨਮ ਵਿੱਚ ਸਿਰਫ ਇੰਨਾ ਕੰਮ ਕਰ ਲਓ। ਸਾਧੂ ਦਾ ਇੰਨਾ ਕੁ ਫਰਕ ਹੁੰਦਾ ਹੈ, ਉਹ ਪੰਜਾਂ ਤੱਤਾਂ ਦੇ ਵਿੱਚ ਆਪਣੀ ਆਤਮਾ ਨੂੰ ਹੀ ਦੇਖਦਾ ਹੈ ਕਿ ਸਾਰੇ ਪੰਜਾਂ ਤੱਤਾਂ 'ਚ ਮੇਰਾ ਆਤਮਾ ਹੀ ਵਿਆਪਕ ਹੈ, ਅਤੇ ਸਾਰੇ ਪੰਜੇ ਤੱਤ ਮੇਰੇ ਆਤਮਾ ਵਿੱਚ ਹੀ ਵਸ ਰਹੇ ਹਨ। ਭਾਵ ਏਕੋ ਕਵਾਓ ਕੀਤਾ ਪਸਾਓ, ਇੱਕ ਤੋਂ ਸਾਰਾ ਪਸਾਰਾ ਹੋਇਆ ਹੈ, ਪੰਜਾਂ ਤੱਤਾਂ ਤੋਂ ਸਾਰੀ ਪ੍ਰਕਿਰਤੀ ਬਣੀ ਹੈ, ਜਿੰਨੇ ਜੀ ਜਾਨਤ ਹੈ। ਉਹ ਪੰਜ ਤੱਤ ਮੇਰਾ ਰੂਪ ਹਨ, ਮੈਂ ਪੰਜ ਤੱਤ ਰੂਪ ਹਾਂ। ਸਤਿਪੁਰਸ਼ਾਂ ਦੀ ਅਵਸਥਾ ਇਹ ਹੈ, ਵਿਗ੍ਰਹਿ ਇਸ ਵਸਤੂ ਨੂੰ ਜਾਣ ਕੇ ਨਿਰਹੰਕਾਰੋ ਨਿਰਮਮਸਤਵੰਗ ਸੁਖੀ ਭਾਵ। ਉਹ ਹੰਕਾਰ ਰਹਿਤ ਹੋ ਜਾਂਦੇ ਹਨ ਅਤੇ ਮਮਤਾ ਰਹਿਤ ਹੋ ਜਾਂਦੇ ਹਨ, ਫਿਰ ਪਰਮ ਸੁਖੀ ਹੋ ਜਾਂਦੇ ਹਨ। ਕਹਿੰਦੇ ਗੁਰਮੁਖੋ, ਇਹ ਅਵਸਥਾ 'ਤੇ ਜਾ ਕੇ ਸਾਧੂ
ਪ੍ਰਸੰਨ ਅਵਸਥਾ ਤੱਕ ਪਹੁੰਚ ਜਾਂਦਾ ਹੈ, ਜਿਹਨੂੰ ਉੱਪਰ ਹੋਰ ਕੋਈ ਅਵਸਥਾ ਨਹੀਂ, ਸੁਪਰਲੇਟਿਵ ਅਵਸਥਾ ਹੈ ਇਹ। ਜੇ ਤੁਸੀਂ ਪਹਿਲਾਂ ਹੀ ਇਹ ਧਾਰ ਲਓਗੇ, ਸਭ ਕਿਛ ਤੇਰਾ ਮੈਂ ਨਾਹੀ, ਹਾਂਜੀ ਪੜ੍ਹ ਲਓ, ਸਭ ਕਿਛ ਤੇਰਾ ਮੈਂ ਨਾਹੀ, ਪ੍ਰਭ ਸਭ ਕਿਛ ਤੇਰਾ ਮੈਂ ਨਾਹੀ, ਮਨ 'ਚ ਵਸਾ ਲਵੋ। ਦਾਸ ਮਹਾਰਾਜ ਦੇ ਚਰਨਾਂ 'ਚ ਬੈਠਾ ਸੀ ਜਦੋਂ ਆਹ ਬਚਨ ਕੀਤਾ, ਕਹਿੰਦੇ ਹੈ ਦਰਅਸਲ ਇਵੇਂ ਹੀ, ਅਸਾਂ ਝੂਠੀ ਮੈਂ ਧਾਰਨ ਕੀਤੀ ਹੋਈ ਹੈ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਉਪਾਰ। ਮੈਂ ਨਾਮ ਦੀ ਕੋਈ ਵਸਤੂ ਸਿੱਧ ਨਹੀਂ ਹੁੰਦੀ। ਜਦ ਕਹਿੰਦੇ ਵਿਚਾਰ ਕਰਕੇ ਦੇਖਿਆ ਜਾਵੇ ਤਾਂ ਮੈਂ ਇਹਦੇ ਸਰੀਰ ਵਿੱਚੋਂ ਕੁਛ ਨਿਕਲਦਾ ਨਹੀਂ ਹੈ, ਆਤਮਾ ਹੈ, ਉਹ ਵਾਹਿਗੁਰੂ ਦੀ ਅੰਸ਼ ਹੈ, ਜਿਸ ਨੂੰ ਚੇਤਨ ਕਹਿੰਦੇ ਹਨ। ਚੇਤਨਤਾ ਜਿਹੜੀ ਬੋਡੀ ਵਿੱਚ ਹੈ ਉਹ ਆਤਮੇ ਦਾ ਅਸਰ ਹੈ, ਬਾਕੀ ਪੰਜੇ ਤੱਤ ਹਨ ਉਹ ਵੀ ਪੰਜਾਂ ਤੱਤਾਂ ਦਾ ਰੂਪ ਹਨ, ਪੰਜ ਤੱਤ ਵੀ ਉਸੀ ਨੇ ਆਪਣੇ ਆਪ ਤੋਂ ਪ੍ਰਗਟ ਕੀਤੇ ਹਨ। ਮਨ ਜਿਹੜਾ ਹੈ ਸੂਖਸ਼ਮ ਅੰਸ਼ ਭੂਤਨ ਕੀ ਜੋ ਹੈ ਤਨ ਤੇ ਅੰਤਸ ਕਰਨ ਪਇਓ ਹੈ, ਇਹੋ ਮਨ ਪੰਚ ਤੱਤ ਤੇ ਜਨਮਾ, ਪੰਚ ਭੂ ਆਤਮਾ ਹਰ ਨਾਮ ਰਸ ਭੁੱਖ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੈ। ਤੁਸੀਂ ਮੈਨੂੰ ਇੱਦਾਂ ਨਾ ਸੋਚ ਲਿਓ ਮੈਂ ਕੋਲੋਂ ਬਣਾ ਬਣਾ ਹੀ ਕਹੀ ਜਾਂਦਾ, ਹਜ਼ੂਰ ਪਾਤਸ਼ਾਹ ਦਾ ਹੁਕਮ ਹੈ। ਪੰਚ ਭੂ ਆਤਮਾ, ਪੰਜਾਂ ਭੂ ਤੱਤਾਂ ਦਾ ਆਤਮਾ ਜੋ ਸੂਖਸ਼ਮ ਹਿੱਸਾ ਹੈ ਉਹ ਮਨ ਹੈ। ਮਨ ਵੀ ਫਿਰ ਪੰਜਾਂ ਤੱਤਾਂ ਦਾ ਹੀ ਹੋਇਆ ਬਣਿਆ ਹੋਇਆ। ਪੰਜ ਤੱਤ ਜਿਹੜੇ ਹੈ ਉਹ ਪਰਮੇਸ਼ੁਰ ਤੋਂ ਹੀ ਪ੍ਰਗਟ ਹੋਏ ਹਨ, ਪਰਮੇਸ਼ੁਰ ਦੀ ਸੱਤਾ ਨਾਲ ਬਣੇ ਹੋਏ ਹਨ। ਅਤੇ ਸਾਡੇ ਅੰਦਰ ਫਿਰ ਜਿਹੜੀ ਮੈਂ ਨਾਮ ਦੀ ਕੋਈ ਵਸਤੂ ਹੈ ਉਹ ਸਿੱਧ ਤਾਂ ਹੋਈ ਨਹੀਂ, ਸਰੀਰ ਜੜ ਹੈ। ਜਿਹੜਾ ਚੇਤਨ ਅੰਸ਼ ਹੈ ਉਹ ਹੈ ਆਤਮਾ, ਉਹ ਪਰਮੇਸ਼ੁਰ ਹੈ, ਉਸਨੂੰ ਜਾਣ ਲਿਆ ਜਾਏ। ਉਹ ਕਹਿੰਦੇ ਆਪਣੇ ਆਪ ਹੀ ਜਾਣਿਆ ਜਾਂਦਾ ਜੇ ਇਹ ਗੱਲ ਮਨ ਵਿੱਚ ਪੱਕੀ ਵਿਸਾ ਲਏ, ਭਵਾਂ ਨਾਮ ਵੀ ਨਾ ਜਪਿਆ ਜਾਏ, ਸੇਵਾ ਵੀ ਨਾ ਕੀਤੀ ਜਾਏ,
ਦਾਨ ਪੁੰਨ ਵੀ ਨਾ ਹੋ ਸਕੇ। ਮਹਾਰਾਜ ਜੀ ਕਹਿੰਦੇ ਵੀ ਆਹ ਗੱਲ ਪੱਕੀ ਦਿਲ 'ਚ ਧਾਰਨ ਕਰਨ ਲਈ ਕਰ ਲਈ ਜਾਏ, ਸੰਸਾਰ ਵਿੱਚ ਕਿਸੇ ਦੀ ਤਾਕਤ ਨਹੀਂ ਉਹਨੂੰ ਕੋਈ ਸਜ਼ਾ ਦੇ ਦੇਵੇ ਜਾਂ ਧਰਮਰਾਜ ਸਜ਼ਾ ਦੇ ਦੇਵੇ ਜਾਂ ਕੋਈ ਹੋਰ ਦੇ ਦੇਵੇ ਜਾਂ ਜਮ ਉਹਦੇ ਨੇੜੇ ਲੱਗ ਜਾਏ, ਕਿਸੇ ਦੀ ਤਾਕਤ ਨਹੀਂ। ਸਿਰਫ ਇੱਕ ਗੱਲ ਨਿਸ਼ਚੇ ਨਾਲ ਧਾਰਨੀ ਹੈ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਇਗੈ ਨਿਰਗੁਣ ਉਗੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ ਹੈ ਵਾਹਿਗੁਰੂ, ਮੈਂ ਨਾਮ ਦੀ ਕੋਈ ਵਸਤੂ ਹੈ ਨਹੀਂ। ਉੱਦਾਂ ਹੀ ਬੇਸਮਝੀ ਕਰਕੇ ਮੇਰੇ ਅੰਦਰੋਂ ਇਹ ਸਰੀਰ ਦੇ ਅੰਦਰੋਂ ਮੈਂ ਨਿਕਲਦੀ ਹੈ। ਇਹ ਸਾਰਾ ਕੁਛ ਤੇਰਾ ਹੀ ਤਾਂ ਹੈ, ਪੰਜਾਂ ਤੱਤਾਂ ਦਾ ਸਰੀਰ ਹੈ, ਪੰਜ ਤੱਤ ਵੀ ਤਾਂ ਤੂੰ ਹੀ ਹੈ, ਤੇਰੇ ਤੋਂ ਪੈਦਾ ਹੋਏ ਹਨ। ਇਹਦੇ ਵਿੱਚ ਚੇਤਨ ਕਲਾ ਹੈ, ਉਹ ਆਤਮਾ ਹੈ, ਉਹ ਤੇਰੀ ਹੀ ਹੈ। ਤੂੰ ਆਤਮ ਰੂਪ ਹੋ ਕਰਕੇ ਇਸ ਵਿੱਚ ਬੈਠਾ ਹੈ। ਆਤਮ ਰਾਮ ਰਾਮ ਮਹਿ ਆਤਮ, ਹਰ ਪਾਈਐ ਸ਼ਬਦ ਵਿਚਾਰਾ ਹੈ। ਹੈ ਤਾਂ ਇਵੇਂ ਹੀ, ਆਤਮਾ ਰਾਮ ਹੈ, ਰਮਿਆ ਹੋਇਆ ਵਾਹਿਗੁਰੂ, ਅਤੇ ਰਮਿਆ ਹੋਇਆ ਵਾਹਿਗੁਰੂ ਆਤਮਾ ਹੈ। ਆਤਮਾ ਸਾਰੇ ਪਰਿਪੂਰਨ ਹੈ, ਉਹੀ ਸਾਡੇ ਅੰਦਰ ਹੈ। ਸੋ ਅੰਤਰ ਸੋ ਬਾਹਰ ਅਨੰਤ, ਜੋਤੀ ਜੋਤ ਰਲੀ ਸੰਪੂਰਨ ਥੀ ਯਾਰਾਂ। ਬ੍ਰਹਮ ਦੀਸਾ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਸਾਰੇ ਪਾਸੇ 'ਤੇ ਜਦੋਂ ਅਵਸਥਾ ਉੱਚੀ ਹੋ ਜਾਂਦੀ ਹੈ ਨਾ ਸਾਧੂ ਦੀ, ਫਿਰ ਆਹ ਅਵਸਥਾ ਆ ਜਾਂਦੀ ਹੈ। ਬ੍ਰਹਮ ਦੀਸਾ ਸਾਰਿਆਂ ਦੇ ਵਿੱਚ ਗੁਰੂ ਨਾਨਕ ਦਿਸਣ ਲੱਗ ਜਾਂਦਾ ਹੈ। ਬ੍ਰਹਮ ਸੁਣੀਐ, ਕੰਨ ਵੀ ਫਿਰ ਉਹ ਬ੍ਰਹਮ ਨੂੰ ਹੀ ਸੁਣਨ ਲੱਗ ਜਾਂਦੇ ਨੇ, ਰੱਬ ਨੂੰ ਹੀ ਸੁਣਨ ਲੱਗ ਜਾਂਦੇ ਨੇ। ਬ੍ਰਹਮ ਦੀਸਾ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਜਿਹੜੀ ਉਹਦੀ ਜੇਵਾ ਹੈ ਉਹ ਵੀ ਇੱਕ ਨੂੰ ਹੀ ਕਹਿਣ ਲੱਗ ਜਾਂਦੀ ਹੈ। ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹਿ ਜਾਣੀਐ। ਫਿਰ ਸਮਝ ਆ ਜਾਂਦੀ ਹੈ ਇਹ ਤਾਂ ਤੇਰੇ ਆਤਮਾ ਦਾ ਹੀ ਪਸਾਰਾ ਹੈ, ਉਸੇ ਨੂੰ ਵਾਹਿਗੁਰੂ ਕਹਿੰਦੇ ਹਨ, ਉਹੀ ਵਾਹਿਗੁਰੂ ਹੈ। ਤੂੰ ਜਿਹੜੀ ਝੂਠੀ ਮੈਂ ਕਰੀ ਜਾਂਦਾ, ਇਸੇ ਪਿੱਛੇ ਨਰਕਾਂ ਨੂੰ ਜਾਂਦਾ, ਇਸੇ ਲਈ 84 ਲੱਖ 'ਚ ਜਾਂਦਾ, ਇਸੇ ਵਾਸਤੇ ਤੂੰ ਮਨਮੁੱਖ ਹੈ। ਜਿਤਨੇ ਨਰਕ ਸੇ ਮਨਮੁੱਖ ਭੋਗਿਆ, ਗੁਰਮੁਖ ਲੇਪਨਾ ਮਾਸਾ ਹੈ। ਜੇ ਕਹਿੰਦੇ ਦ੍ਰਿੜਤਾ ਨਾ ਜਾਣ ਲਵੇ ਕਿ ਮੈਂ ਨਾਮ ਦੀ ਕੋਈ ਵਸਤੂ ਹੈ ਹੀ ਨਹੀਂ, ਅੰਦਰੋਂ ਜਾਣ ਲਏ ਦ੍ਰਿੜਤਾ ਨਾਲ, ਨਿਸ਼ਚੇ ਨਾਲ, ਫਿਰ ਕਹਿੰਦੇ ਉਹਨੂੰ ਕਿਸੇ ਧਰਮਰਾਜ ਦੀ ਤਾਕਤ ਨਹੀਂ ਕੋਈ ਸਜ਼ਾ ਦੇ ਦੇ ਜਾਂ ਉਹਨੂੰ ਜਨਮ ਮਰਨ ਦੇ ਚੱਕਰਾਂ 'ਚ ਪਾ ਦੇਵੇ, ਉਹ ਸਿੱਧਾ ਮੁਕਤ ਹੋ ਜਾਂਦਾ, ਉਹ ਪਰਮੇਸ਼ਰ ਰੂਪ ਹੋ ਜਾਂਦਾ। ਇਹ ਸਾਧਨ ਇੱਕ ਦਿਨ ਦਾਸ ਨੂੰ ਮਹਾਰਾਜ ਜੀ ਨੇ ਦੱਸਿਆ ਸੀ, ਉਹ ਮੈਂ ਟਾਈਮ ਥੋੜ੍ਹਾ ਹੋਣ ਕਰਕੇ ਆਪ ਜੀ ਦੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਉਹ ਕਹਿੰਦੇ ਆਹ ਨਿਸ਼ਚਾ ਧਾਰ ਲਓ, ਬਸ ਮੋਰਚਾ ਫਤਿਹ ਹੋ ਜਾਏਗਾ। ਆਪਾਂ ਪ੍ਰਯਤਨ ਕਰਨਾ ਸਤਿਪੁਰਸ਼ਾਂ ਦੇ ਬਚਨ ਕਮਾਏ ਜਾਣ, ਹੱਥ ਵਿੱਚ ਸਾਡੇ ਹੱਥ ਵਿੱਚ ਆ ਜਾਣ। ਜੇ ਮੰਨਾਂਗੇ ਤਦੀ ਹੈ, ਜੇ ਉਹੀ ਢਾਕ ਕੇ ਤੀਨ ਪਾਤ ਫਿਰ ਮਨ ਦੀ ਮਰਜ਼ੀ ਚੱਲਦੀ ਰਹੇ, ਫਿਰ ਤਾਂ ਲੈਣ ਦੇਣ ਨੂੰ ਕੁਛ ਹੈ ਨਹੀਂ ਨਾ। ਇਸ ਲਈ ਆਪਾਂ ਜਿਹੜੇ ਸਤਿਪੁਰਸ਼ਾਂ ਦੀ ਯਾਦ ਕਿੰਨੇ ਦਿਨਾਂ 'ਤੇ ਮਨਾ ਰਹੇ ਹਾਂ, ਉਹਨਾਂ ਦੇ ਬਚਨਾਂ ਨੂੰ ਇਹਨਾਂ ਨੂੰ ਸਾਂਭਲੀਏ, ਪ੍ਰਯਤਨ ਕਰੀਏ ਕਿ ਮੈਂ ਨਾਮ ਦੀ ਕੋਈ ਵਸਤੂ ਹੈ ਹੀ ਨਹੀਂ। ਜਿਹੜੀ ਮੈਂ ਅੰਦਰੋਂ ਨਿਕਲੀ ਜਾਂਦੀ ਹੈ ਇਹ ਝੂਠ ਔਰ ਕੂੜ ਦੀ ਹੈ, ਗਲਤ ਹੈ।
ਮਿਥਿਆ ਹੈ, ਐਸਾ ਨਿਸ਼ਚਾ ਹੋ ਜਾਏ ਕਿ ਸਭ ਉਹੀ ਹੈ। ਜੋ ਦੀਸੈ ਸੋ ਏਕੋ ਤੂੰ ਹੈ, ਜੋ ਦੀਸੈ ਸੋ ਸਗਲ ਤੂੰ ਹੈ, ਪਸਰਿਆ ਪਸਾਰ ਕਹੋ ਨਾਨਕ ਗੁਰ ਭਰਮ ਕਾਟੇ ਸਗਲ ਬ੍ਰਹਮ ਵਿਚਾਰ। ਇਹ ਇੱਕ ਬਚਨ 'ਤੇ ਆਪਾਂ ਵਿਚਾਰ ਕੀਤਾ ਹੈ। ਸਤਿਪੁਰਸ਼ਾਂ ਨੇ ਕਹਿੰਦੇ ਅਸੀਂ ਲਿਖ ਕੇ ਦੇ ਦਿੰਦੇ ਹਾਂ, ਜੇ ਮੁਕਤ ਵਿੱਚ ਕੋਈ ਸੰਸਾ ਰਹਿ ਜੇ ਇੱਕੇ ਬਚਨ ਨਾਲ ਸਾਰੇ ਬੇੜੇ ਪਾਰ ਹੋ ਜਾਣਗੇ, ਸਾਰਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਤਨੀਆਂ ਬੇਨਤੀਆਂ ਪ੍ਰਵਾਨ ਕਰੋ। ਹੁਣ ਤਾਂ ਸਮਾਂ ਵੀ ਕਾਫੀ ਉੱਪਰ ਚਲਿਆ ਗਿਆ, ਫਿਰ ਵੀ ਕੁਛ ਗੁਰਮੁਖਾਂ ਨੇ ਹੁਕਮ ਦਿੱਤਾ ਸੀ ਵੀ ਸੰਗਤ ਦਾ ਹੁਕਮ ਹੈ, ਭਾਵੇਂ ਥੋੜ੍ਹੇ ਮਿੰਟ, ਇਸ ਕਰਕੇ ਆਪਾਂ ਲਾਏ ਨੂੰ ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਰਸਨਾ ਪਵਿੱਤਰ ਕਰੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਲੱਗੇਗਾ ਤੁਮ ਤੇ ਹੋਏ ਸੋ ਤੁਮਰੀ ਗਤ ਕਹੋ ਨਾਨਕ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕਿ ਪ੍ਰਭ ਆਗੇ ਅਰਦਾਸ ਅਰਦਾਸ ਬੇਨਤੀ ਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾ ਹੈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਤਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਪਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖੁਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਧਿਆ ਵੈ ਧਾਏ ਸਭ ਥਾਈਂ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੇ ਗਿਆਨ ਸਰੂਪ ਜਗਦੀ ਜੋਤ ਹਾਜ਼ਰ ਨਾਜ਼ਰ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਹਜ਼ੂਰ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਪੰਜਾਂ ਤਖਤਾਂ ਹਠੀਆਂ ਜਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਕੇ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਨਾ ਪਿਆਰਿਆਂ ਸਚਾਰਿਆਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਮਹਾਂਪੁਰਸ਼ਾਂ ਦੀ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ
ਧਰਮ ਕਾ ਜੈਕਾਰ, ਖਾਲਸਾ ਸਾਹਿਬ ਬੋਲਣਾ ਜੀ ਵਾਹਿ ਵਾਹਿਗੁਰੂ। ਆਪ ਜੀ ਆਉਂਦੇ ਗੁਰਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਰ ਆਖਾ ਅਕਾਲ ਪੁਰਖ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ, ਸਤਿਗੁਰੂ ਨੇ ਤਾਣਿਆਂ ਦੇ ਤਾਣ, ਸਤਿਗੁਰੂ ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਹੈ। ਸੁਖਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ, ਮਿਹਰ ਕਰਾ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ। ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ ਦੇ ਵੱਕ ਅਨੁਸਾਰ। ਆਪ ਜੀ ਦਰੋ ਕਰਮ ਬਰਵਸਾਏ ਪਰਉਪਕਾਰੀ ਮਹਾਂਪੁਰਸ਼ ਸ੍ਰੀ ਹਜ਼ੂਰ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ, ਸ੍ਰੀ ਹਜ਼ੂਰ ਸੰਤ ਮਹਾਰਾਜ ਕਿਸ਼ਨ ਸਿੰਘ ਜੀ ਰਾਣਾ ਸਾਹਿਬ ਵਾਲੇ, ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ, ਸ਼੍ਰੀਮਾਨ ਸੰਤ ਬਾਬਾ ਬਰਿਆਮ ਸਿੰਘ ਜੀ ਮਹਾਰਾਜ ਧੂਰਕੋਟ ਵਾਲੇ, ਸ਼੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਜੀ ਭੁੱਟੇ ਵਾਲੇ, ਇਹਨਾਂ ਮਹਾਨ ਸਤਿਪੁਰਸ਼ਾਂ ਦੀ ਸੱਚੇ ਪਾਤਸ਼ਾਹ ਸਲਾਨਾ ਯਾਦ ਵਿੱਚ ਆਪ ਜੀ ਦਰੋ ਕੌਰਾਂ ਬਰਵਸਾਏ ਪਰਉਪਕਾਰੀ ਮਹਾਂਪੁਰਸ਼ਾਂ ਬਣੀਓਂ, ਜੋ ਸਲਾਨਾ ਸਮਾਗਮ ਸੱਚੇ ਪਾਤਸ਼ਾਹ ਮਨਾਏ ਜਾਂਦੇ ਹਨ, ਆਪ ਜੀ ਦੀ ਅਪਾਰ ਕਿਰਪਾ ਰਹਿਮਤ ਹੋ ਰਹੀ ਹੈ। ਆਪ ਜੀ ਦੀ ਪਾਵਨ ਹਜ਼ੂਰੀ ਵੇਖੇ ਬੇਅੰਤ ਮਹਾਂਪੁਰਸ਼ਾਂ ਬਣੀਓਂ, ਅਮੋਲਕ ਵਚਨਾਂ ਦੀ ਵਰਖਾ ਹੋਈ ਆਪ ਜੈ ਦਰੋ ਕੋਨ ਬਰਵਸਾਏ ਪਰਉਪਕਾਰੀ ਮਹਾਂਪੁਰਸ਼ਾਂ ਬਣੀਆਂ, ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਇਤਿਹਾਸ ਵਿਚਾਰਾਂ ਹੋਈਆਂ, ਗੁਰਬਾਣੀ 'ਤੇ ਵਿਚਾਰਾਂ ਹੋਈਆਂ ਹੋਈਆਂ ਵਿਚਾਰਾਂ ਦਾ ਭਾਵ ਜੋ ਵੀ ਮਾਈ ਭਾਈ ਬੱਚੇ ਬਜ਼ੁਰਗ ਦੂਰੋਂ ਨੇੜੋਂ ਚੱਲ ਕੇ ਆਪ ਜੀ ਦਰ 'ਤੇ ਹਾਜ਼ਰ ਹੋਏ ਨੇ, ਸਾਡੇ ਸਾਰਿਆਂ ਦੇ ਮਨਾਂ 'ਤੇ ਵਸਾਉਣਾ। ਕਾਮ ਕ੍ਰੋਧ ਲੋਭ ਮੋਹ ਕਾਰ ਈਰਖਾ ਵਕੀਲ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਮਹਾਰਾਜ ਜੀ, ਸੰਗਤਾਂ ਦੀਆਂ ਤਿਲ ਫੁਲ ਵਢਾਵਾਂ ਮਨਜ਼ੂਰ ਕਰੋ। ਬੇਅੰਤ ਸੇਵਾਵਾਂ ਕਰ ਰਹੇ ਨੇ ਸੱਚੇ ਪਾਤਸ਼ਾਹ ਪ੍ਰੇਮੀ, ਆਪ ਨੌ ਜਾਣੀ ਜਾਣੋ, ਸਾਰਿਆਂ ਨੇ ਸੇਵਾਵਾਂ ਮਨਜ਼ੂਰ ਕਰਨੀਆਂ। ਆਪ ਜਾਂ ਦਰ ਘਰ ਦੇ ਸੇਵਾਦਾਰ ਭਾਈ ਕੁਲਵਿੰਦਰ ਸਿੰਘ ਨਿੰਦੀ ਸਮੂਹ ਪਰਿਵਾਰ ਬੰਨੀਓ 1,000 ਰੁਪਈਆ, ਇੰਦਰਪਾਲ ਸਿੰਘ ਜਿੱਤਵਾਲ 100 ਰੁਪਈਆ, ਬੀਬੀ ਭੋਲੀ ਕੌਰ 100 ਰੁਪਈਆ, ਗੁਪਤਦਾਨ 500 ਰੁਪਈਆ, ਗੁਪਤਦਾਨ 200 ਰੁਪਈਆ, ਸਵਰਗ ਵਾਸੀ ਸਰਦਾਰ ਭਾਗ ਸਿੰਘ ਸਰਪੰਚ ਇਹਨਾਂ ਦੇ ਸਮੂਹ ਪਰਿਵਾਰ ਬੰਨੀਓ ਪਿੰਡ ਬਾਠਾ ਤੋਂ 1,100 ਰੁਪਈਆ, ਸਰਦਾਰ ਕੁੰਡਾ ਸਿੰਘ ਜਿੱਤਵਾਲ 500 ਰੁਪਈਆ, ਜਸਵੰਤ ਸਿੰਘ ਕੁੱਪ ਖੁਰਦ 500 ਰੁਪਈਆ, ਬੀਬੀ ਬਲਵਿੰਦਰ ਕੌਰ ਪਿੰਡ ਡਾਂਗੋ ਤੋਂ 1,100 ਰੁਪਈਆ, ਸਰਦਾਰ ਭਜਨ ਸਿੰਘ ਮਤੋਈ ਦੇਗਾਂ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਾ ਰਹੇ ਸੱਚੇ ਪਾਤਸ਼ਾਹ ਆਪ ਸਮਰੱਥ ਹੋ। ਭਾਈ ਸੰਤੋਖ ਸਿੰਘ ਜੀ ਲੁਧਿਆਣਾ 5,000 ਰੁਪਈਆ, ਭਾਈ ਅਮਰ ਸਿੰਘ ਸਰਪੰਚ 5,100 ਰੁਪਈਆ, ਸੱਚੇ ਪਾਤਸ਼ਾਹ ਸੇਵਾ ਹੋਈ ਹੈ। ਆਪ ਸੇਵਾਦਾਰਾਂ ਦੀਆਂ ਮਨੋਕਾਮਨਾ ਮਨੋਭਾਵਨਾ ਪੂਰਨ ਕਰੋ। ਬੇਅੰਤ ਗੁਰਮੁਖ ਪਿਆਰੇ ਬੰਨੋ ਸੇਵਾ ਸੱਚੇ ਪਾਤਸ਼ਾਹ, ਵਿਦੇਸ਼ਾਂ ਵਿੱਚੋਂ ਵੀ ਬੇਅੰਤ ਗੁਰਮੁਖ ਪਿਆਰਿਆਂ ਨੇ ਸੱਚੇ ਪਾਤਸ਼ਾਹ ਸਲਾਨਾ ਜੋੜ ਮਿਲ ਦੇ ਸੰਬੰਧ ਵਿੱਚ ਬੇਅੰਤ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਮਹਾਰਾਜ, ਕਿਰਪਾ ਕਰਨਾ। ਆਪ ਜਾਂ ਦਰ ਘਰ ਦੇ ਸੇਵਾਦਾਰ ਭਾਈ ਸੁੱਚਾ ਸਿੰਘ ਸਮੂਹ ਪਰਿਵਾਰ ਬਿਰਨਹਾਲ, ਸੋਹਣ ਸਿੰਘ ਬਸਰਾ ਬਖਸ਼ੀਸ਼ ਕੌਰ ਫੈਮਿਲੀ ਬਿਰਨਹਾਲ, ਸੋਹਣ ਸਿੰਘ ਸੱਚੇ ਪਾਤਸ਼ਾਹ ਬਿਰਨਹਾਲ ਦੇ ਮਹਾਰਾਜ ਕਿਰਪਾ ਕਰੋ, ਇਹਨਾਂ ਨੂੰ ਇਹਨਾਂ ਦੇ ਪੁੱਤਰ ਨੂੰ ਤੰਦਰੁਸਤੀ ਬਖਸ਼ਿਸ਼ ਕਰੋ। ਗੁਰਦਿਆਰ ਸਿੰਘ ਫੈਮਿਲੀ ਬਿਰਨਹਾਲ, ਕੁਲਵੰਤ ਸਿੰਘ ਭੰਡਾਲ ਸਮੂਹ ਪਰਿਵਾਰ ਬਿਰਨਹਾਲ, ਕੁਲਵੰਤ ਸਿੰਘ ਚਾਹਲ ਸਮੂਹ ਪਰਿਵਾਰ ਬਿਰਨਹਾਲ, ਢਾਡੀ ਜੱਥਾ ਲੜਕੀਆਂ ਦਾ ਬਿਰਨਹਾਲ ਤੋਂ, ਜਗਤਾਰ ਸਿੰਘ ਸਮੂਹ ਪਰਿਵਾਰ ਬਿਰਨਹਾਲ, ਸੁਖਵਿੰਦਰ ਸਿੰਘ ਸਮੂਹ ਪਰਿਵਾਰ ਬਿਰਨਹਾਲ, ਅਜੀਤ ਸਿੰਘ ਸਮੂਹ ਪਰਿਵਾਰ ਬਿਰਨਹਾਲ, ਗੁਰਨਾਮ ਸਿੰਘ ਸਿੱਧੂ ਸਮੂਹ ਪਰਿਵਾਰ ਬਿਰਨਹਾਲ, ਅਮਰੀਕ ਸਿੰਘ ਮਸਤ ਢਾਡੀ ਜੱਥਾ ਔਰ ਸਮੂਹ ਪਰਿਵਾਰ ਬਿਰਨਹਾਲ ਤੋਂ, ਨਰਿੰਦਰ ਕੌਰ ਸਮੂਹ ਪਰਿਵਾਰ ਬਿਰਨਹਾਲ, ਕੁਲਵੰਤ ਸਿੰਘ ਜੀ ਜਮੰਦਾ ਸਮੂਹ ਪਰਿਵਾਰ ਬਿਰਨਹਾਲ, ਇੰਦਰਜੀਤ ਸਿੰਘ ਬੁਲਵਰਹੈਂਪਟਨ ਤੋਂ, ਹਰਜਿੰਦਰ ਸਿੰਘ ਸਮੂਹ ਪਰਿਵਾਰ ਵਾਲਸਲ, ਮਨਜੀਤ ਸਿੰਘ ਸੰਘੇੜਾ ਸਮੂਹ ਪਰਿਵਾਰ ਵਾਲਸਲ, ਹਰਦੀਪ ਸਿੰਘ, ਬੀਬੀ ਪਰਵਿੰਦਰ ਕੌਰ ਸਮੂਹ ਪਰਿਵਾਰ ਵਾਲਸਲ, ਗੁਰਮੀਤ ਸਿੰਘ
ਸਮੂਹ ਪਰਿਵਾਰ ਲਿਸਟਰ ਸਰ ਸੱਚੇ ਪਾਤਸ਼ਾਹ ਇੱਕ ਆਪ ਜੀ ਕਿਰਪਾ ਕਰੋ, ਇਹਨਾਂ ਦੇ ਸਪੁੱਤਰ ਕਾਕਾ ਜੀਵਨ ਸਿੰਘ ਨੂੰ ਤੰਦਰੁਸਤੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀਓ। ਗੁਰਨਾਮ ਸਿੰਘ ਸਮੰਦਾ ਵਿਲਨ ਬੁਲਵਨ ਹੈਪਟਨ, ਰੇਸ਼ਮ ਸਿੰਘ ਫੈਮਿਲੀ ਸਮੈਥਕ, ਸੁਖਜਿੰਦਰ ਸਿੰਘ ਸਮੂਹ ਪਰਿਵਾਰ ਸਮੈਥਕ, ਦਲਜੀਤ ਸਿੰਘ ਸਮੂਹ ਪਰਿਵਾਰ ਬਰਮੀਗਮ, ਕਿਰਨਜੀਤ ਕੌਰ ਡਾਊਨਕਾਸਟਰ, ਇੰਦਰਜੀਤ ਸਿੰਘ ਡਾਊਨਕਾਸਟਰ, ਦਰਸ਼ਨ ਸਿੰਘ ਡਾਊਨਕਾਸਟਰ, ਸਾਧੂ ਸਿੰਘ ਸ਼ਾਂਤੀ ਦੇਵੀ ਕੌਰ ਸਮੂਹ ਪਰਿਵਾਰ ਡਾਊਨਕਾਸਟਰ, ਸਰਜੀਤ ਸਿੰਘ ਜੀ ਢੱਡਾ ਸਮੂਹ ਪਰਿਵਾਰ ਡਾਊਨਕਾਸਟਰ, ਸੁਖਵਿੰਦਰ ਸਿੰਘ ਵਾਸੀ ਸਮੂਹ ਪਰਿਵਾਰ ਡਾਊਨਕਾਸਟਰ, ਮਾਤਾ ਸੁਖਿੰਦਰ ਕੌਰ ਸਮੂਹ ਪਰਿਵਾਰ ਲੰਡਨ ਸੱਚੇ ਪਾਤਸ਼ਾਹ ਦੀਪਾ ਰਾੜੀਆ ਲੰਡਨ ਸ਼ਹਿਰ, ਆਪ ਜੀ ਕਿਰਪਾ ਕਰੋ ਇਹਨਾਂ ਪਰਿਵਾਰਾਂ ਬੰਨਿਓ, ਦਰ ਘਰ ਵਾਸਤੇ, ਜੋੜ ਮੇਲੇ ਵਾਸਤੇ, ਲੰਗਰਾਂ ਵਾਸਤੇ, ਬੇਅੰਤ ਸੇਵਾਵਾਂ ਹੋਈਆਂ ਨੇ। ਆਪ ਨੌ ਜਾਣੀ ਜਾਣੋ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਦਰਾਂ ਦੀਆਂ ਸੇਵਾ ਕੀਤੀਆਂ ਥਾਏ ਪਾਉਣੀਆਂ, ਸਾਰਿਆਂ ਨੂੰ ਸਿੱਖੀ ਦੀ ਦਾਤ, ਨਾਮ ਦੀ ਦਾਤ, ਤੰਦਰੁਸਤੀਆਂ ਬਖਸ਼ੋ, ਕੰਮਾਂ ਕਦਮ ਤਰੱਕੀਆਂ ਬਖਸ਼ਿਸ਼ ਕਰੋ, ਦੇਸਾਂ ਵਿਦੇਸਾਂ ਵਿੱਚ ਸਿਰਤੇ ਮੇਰਾ ਪ੍ਰਯਤ ਰੱਖੋ ਸੱਚੇ ਪਾਤਸ਼ਾਹ। ਹੋਰ ਬਿੰਦ ਗੁਰਮੁਖ ਪਿਆਰੇ ਮੈਨੂੰ ਦੇਗਾਂ ਵਿੱਚ ਰਾਜਸਥਾਨ ਦੇਗਾਂ ਵਿੱਚ ਹਿੱਸੇ ਪਾਏ ਜਾ ਰਹੇ ਨੇ, ਲੰਗਰਾਂ ਦੀਆਂ ਸੇਵਾਵਾਂ, ਟਰਾਲੀਆਂ ਦੀਆਂ ਸੇਵਾਵਾਂ, ਜੋੜਿਆਂ ਦੀਆਂ ਸੇਵਾਵਾਂ, ਬਿਅੰਤ ਗੁਰਮੁਖ ਪਿਆਰ ਜੋ ਵੀ ਪ੍ਰਕਾਰ ਦੀ ਸੇਵਾ ਕਰ ਰਹੇ ਨੇ, ਆਪ ਜਾਣੀ ਜਾਣ ਹੋ, ਸਾਰਿਆਂ ਦੀ ਸੇਵਾ ਕੀਤੀ ਥਾਏ ਪਾਉਣੀ, ਲੋਕ ਪ੍ਰਲੋਕ ਸਵੇਲੇ ਕਰਨੇ, ਆਪ ਜੀ ਕਿਰਪਾ ਕਰੋ, ਆਪਣੇ ਪਵਿੱਤਰ ਪਾਵਨ ਮਹਾਂਵਾਕ ਬਖਸ਼ਿਸ਼ ਕਰੋ, ਆਈ ਸੰਗ ਦੀ ਹਾਰੀ ਲਾਓ, ਜੋ ਆਪ ਜੀ ਅੰਦਰ ਦਾਰੇ ਆਵੇ ਸੋ ਰਾਜੀ ਜਾਵੇ, ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਬੋਲੋ ਸ੍ਰੀ ਵਾਹਿਗੁਰੂ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੇ ਜਲਨ ਬੁਝੀ ਚੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਤਨਾ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ
ਮਨ ਚਿੰਦ ਸਗਲੇ ਪਲ ਪਾਵੋ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਾਤਿਤ ਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਿਤ ਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਵਧਾਤਾ ਹਰ ਰਸ ਤਿਨਹੀ ਜਾਤਾ ਜਮ ਕਾਂਕਰ ਨੇੜ ਨ ਆਇਆ ਸੁਖ ਨਾਨਕ ਸਾਰਣੀ ਪਾਇਆ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕਾਂਕਰ ਨੇੜ ਨ ਆਇਆ ਸੁਖ ਨਾਨਕ ਸਾਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਰੀਦਾ ਆਪ ਸਵਾਰੈ ਮੈਂ ਮਿਲਿਆ, ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੈਂ ਸਭ ਜਗ ਤੇਰਾ ਹੋਏ। ਪੱਥਰ ਦਾ ਇੱਕ ਟੁਕੜਾ ਹੈ, ਕਾਰੀਗਰ ਉਸ ਵਿੱਚੋਂ ਕੁਛ ਟੋਟੇ ਅਲੈਦਾ ਕਰਕੇ ਮੂਰਤੀ ਤਿਆਰ ਕਰ ਦਿੰਦਾ ਹੈ, ਜੋ ਫਾਲਤੂ ਟੁਕੜੇ ਨੇ ਪਾਸੇ ਕਰ ਦਿੰਦਾ ਹੈ। ਉਸਨੂੰ ਕਾਰੀਗਰ ਕਹਿ ਸਕਦੇ ਹਾਂ, ਅਸੀਂ ਆਰਟਿਸਟ ਕਹਿ ਸਕਦੇ ਹਾਂ। ਅਤੇ ਜੋ ਮਨੁੱਖ ਆਪਣੇ ਵਿੱਚੋਂ ਫਾਲਤੂ ਵਿਚਾਰ ਇੱਕ ਸਾਈਡ 'ਤੇ ਕਰ ਦਿੰਦਾ ਨਾ, ਉਹਨੂੰ ਭਗਤ ਕਹਿੰਦੇ ਆ। ਫਾਲਤੂ ਵਿਚਾਰ ਇੱਕ ਸਾਈਡ 'ਤੇ, ਆਪ ਸਵਾਰ ਹੈ ਮੈਂ ਮਿਲਿਆ, ਮੈਂ ਮਿਲਿਆ ਸੁੱਖ ਹੋਏ ਜੇ ਤੂੰ ਮੇਰਾ ਹੋਏ ਰਹੈਂ ਸਭ ਜਗ ਤੇਰਾ ਹੋਏ। ਸਾਰੀ ਕਾਇਨਾਤ 'ਤੇ ਹੁਕਮ ਚੱਲਦਾ ਹੈ ਉਹਨਾਂ ਦਾ, ਭਾਗਾਂ ਵਾਲੇ ਹੋ, ਸਮਾਂ ਸਫਲ ਕੀਤਾ ਹੈ। ਇੱਕ ਦਿਨ ਦੇ ਦੀਵਾਨ ਹੋਰ ਨੇ, ਆਈਆਂ ਸੰਗਤਾਂ ਦਾ ਕਰੋੜਾਂ ਵਾਰ ਧੰਨਵਾਦ, ਆਏ ਮਹਾਂਪੁਰਸ਼ਾਂ ਦਾ ਕਰੋੜਾਂ ਵਾਰ ਧੰਨਵਾਦ, ਪਹਿਰੇਦਾਰ ਗੁਰਮੁਖਾਂ ਦਾ ਧੰਨਵਾਦ, ਸਪੀਕਰ ਵਾਲੇ ਮਲਹੋਤਰਾ ਸਾਹਿਬ ਦਾ ਜਿਨ੍ਹਾਂ ਦੀ ਸਰਵਿਸ ਬਹੁਤ ਵਧੀਆ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ, ਟਰਾਲੀ ਵਾਲੇ ਵੀਰਾਂ ਸੇਵਾਦਾਰ ਲੰਗਰ ਵਰਤਾਉਣ ਵਾਲਿਆਂ ਦਾ ਬਹੁਤ ਧੰਨਵਾਦ। ਸਮੇਂ ਸਿਰ ਪਹੁੰਚ ਕੇ ਫਿਰ ਲਾਹੇ ਪ੍ਰਾਪਤ ਕਰਿਓ। ਅਤੇ 2 ਮਿੰਟ ਦੀ ਖਾਤਰ ਭਾਈ ਕਿਰਪਾਲ ਸਿੰਘ ਜੀ ਜੰਗਲਾਤ ਮਹਿਕਮੇ, ਅਤੇ ਜੋ ਗੁਰਮੁਖ ਮੂਵੀ ਬਣਾ ਰਹੇ ਨੇ, ਸੀੜੀਆਂ ਤਿਆਰ ਕਰਦੇ ਹਨ, KRC ਰਾੜਾ ਸਾਹਿਬ, ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਤੇ 2 ਮਿੰਟ ਵਾਸਤੇ ਸਾਹਿਬ ਕਿਰਪਾਲ ਸਿੰਘ ਜੀ ਆਪਣੀ ਹਾਜ਼ਰੀ ਲਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਰਬ ਕਲਾ ਭਰਪੂਰ ਹਾਜ਼ਰਾ ਹਜ਼ੂਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ, ਆਪਣੇ ਇਸ ਇਲਾਕੇ ਦੇ ਚਾਨਣ ਮੁਨਾਰੇ
ਪਰਮ ਪੂਜ ਸ੍ਰੀ ਹਜ਼ੂਰ ਪਾਤਸ਼ਾਹ ਜੀ, ਗੁਰੂ ਦੀ ਸਾਜੀ ਅਤੇ ਨਿਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 1430 ਅੰਕ, ਕੱਲਾ ਅੰਗ ਜੋ ਆਪਣੇ ਇਸ ਦੇ ਅਕਸਰ ਪਵਿੱਤਰ ਅਕਸਰ ਨੇ, ਉਹ ਇਸ ਚੀਜ਼ ਦੀ ਗਵਾਹੀ ਭਰਦੇ ਨੇ, ਵਡਿਆਈ ਕਰਦੇ ਨੇ, ਸਿਫਤ ਸਲਾਘਾ ਕਰਦੇ ਨੇ। 24 ਘੰਟੇ ਮਹਾਂਪੁਰਖਾਂ ਦੀ ਜਿਹੜੀ ਆ ਵਡਿਆਈ ਹੁੰਦੀ ਰਹਿੰਦੀ ਹੈ। ਕਿੰਨਾ ਮਹਾਂਪੁਰਖਾਂ ਦੀ, ਜਿਨ੍ਹਾਂ ਦੇ ਆਪਾਂ ਸਟੇਜ 'ਤੇ ਦਰਸ਼ਨ ਕਰ ਰਹੇ ਹਾਂ। ਬਾਈ ਬੋਲ ਇੱਕ ਪੀਸਾ ਜਾਂ